ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਹਾਜ਼ਰ ਹਾਂ ਜੀ। ਅੱਜ ਦੇ ਜਾਣੀ ਕਿ 14 ਅਕਤੂਬਰ 2024 ਦੇ ਕਿੰਨੂ ਮੰਡੀ ਦੇ ਭਾਅ ਲੈ ਕੇ ਤੁਹਾਡੇ ਨਾਲ। ਸੋ ਅੱਜ ਦੇਸ਼ ਦੀਆਂ, ਪੰਜਾਬ ਤੋਂ ਇਲਾਵਾ ਦੇਸ਼ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ, ਇਹਦੇ ਬਾਰੇ ਵਿੱਚ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ। ਸੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਅਬੋਹਰ ਮੰਡੀ ਦੀ, ਜਿੱਥੇ ਅੱਜ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 15, 16 ਅਤੇ 17 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਮਾਲਟਾ ਵਿਕਿਆ ਉਹ 27 ਰੁਪਏ ਪ੍ਰਤੀ ਕਿਲੋ ਵਿਕਿਆ। ਅਤੇ ਇਸ ਮੰਡੀ ਦੇ ਵਿੱਚ ਕੁਝ ਕਿਸਾਨ ਦੋਸਤ ਨੇ ਜਿਹੜੇ ਬਾਗਬਾਨ ਨੇ ਪੁੱਛਦੇ ਨੇ ਕਿ ਡੇਜੀ ਅਤੇ ਮੌਸਮੀ ਦਾ ਕੀ ਭਾਅ ਰਿਹਾ, ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮੌਸਮੀ ਅਤੇ ਡੇਜ਼ੀ ਆ ਜਿਹੜੀ ਉਹ ਇਸ ਮੰਡੀ ਦੇ ਵਿੱਚ ਨਹੀਂ ਆ ਰਹੀ ਜੀ। ਸੋ ਜੇਕਰ ਗੱਲ ਕਰੀਏ ਲੁਧਿਆਣਾ ਮੰਡੀ ਦੀ, ਤਾਂ ਇੱਥੇ ਜਿਹੜਾ ਭਾਅ ਰਿਹਾ ਉਹ 20 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਪਾਤੜਾਂ ਦੇ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਘਨੌੜ ਦੇ ਵਿੱਚ ਜਿਹੜਾ ਭਾਅ ਰਿਹਾ ਉਹ 22 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਸ਼ਾਹਬਾਦ ਦੇ ਵਿੱਚ ਕਿੰਨੂ ਜਿਹੜਾ ਵਿਕਿਆ ਉਹ 20 ਰੁਪਏ ਪ੍ਰਤੀ ਕਿਲੋ ਵਿਕਿਆ। ਥਾਣੇਸਰ ਦੀ ਗੱਲ ਕਰੀਏ, ਹਰਿਆਣਾ ਦੀ ਮੰਡੀ ਥਾਣੇਸਰ ਦੇ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ 26 ਰੁਪਏ ਪ੍ਰਤੀ ਕਿਲੋ ਵਿਕਿਆ। ਤਾਂ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਬੋਹਰ ਦੀ ਮੰਡੀ ਦੇ ਵਿੱਚ ਜਿਹੜੀ ਹਰ ਰੋਜ਼ ਬੋਲੀ ਹੁੰਦੀ ਆ ਉਹ 4 ਵਜੇ ਤੋਂ ਲੈ ਕੇ 6 ਵਜੇ ਤੱਕ ਹੁੰਦੀ ਆ। ਅਤੇ ਇਸ ਮੰਡੀ ਦੇ ਵਿੱਚ ਕਿੰਨੂ ਮਾਲਟਾ, ਮੌਸਮੀ ਅਤੇ ਹੋਰ ਜਿਹੜੇ ਫਲ ਨੇ ਡੇਜ਼ੀ ਵਗੈਰਾ ਉਹ ਵੀ ਆਉਂਦੇ ਨੇ, ਪਰ ਜਿਹੜੇ ਡੇਜ਼ੀ ਵਗੈਰਾ ਫਿਲਹਾਲ ਦੀ ਘੜੀ ਮੌਸਮੀ ਅਤੇ ਡੇਜ਼ੀ ਵਗੈਰਾ ਨਹੀਂ ਆਏ। ਸੋ ਜਿਹੜੇ ਕਿੰਨੂ ਦਾ ਭਾਅ ਸੀ ਉਹ ਅੱਜ ਮੰਡੀ ਦੇ ਵਿੱਚ, ਕਿੰਨੂ ਮੰਡੀ ਦੇ ਵਿੱਚ ਜਿਹੜਾ ਭਾਅ ਸੀ ਅਬੋਹਰ ਦੀ ਕਿੰਨੂ ਮੰਡੀ ਦੇ ਵਿੱਚ ਉਹ 15, 16 ਅਤੇ 17 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਮਾਲਟਾ 27 ਰੁਪਏ ਪ੍ਰਤੀ ਕਿਲੋ ਵਿਕਿਆ, ਜਦਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਾਲਟਾ ਸੀ ਉਹ 28 ਤੋਂ 30 ਰੁਪਏ ਪ੍ਰਤੀ ਕਿਲੋ ਵੀ ਵਿਕਦਾ ਰਿਹਾ। ਤਾਂ ਇਹ ਸੀ ਜੀ ਅੱਜ ਦੇ ਕਿੰਨੂ ਮੰਡੀ ਦੇ ਭਾਅ। ਧੰਨਵਾਦ।